ਸਸਕਲ ਜੀ ਡੇਲੀ ਪੋਸਟ ਪੰਜਾਬੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਸੋ ਕਰੋਨਾ ਦੇ ਡਰ ਤੋਂ ਕਰਫਿਊ ਦਾ ਐਲਾਨ ਦੇਸ਼ ਭਰ ਦੇ ਵਿੱਚ جاری ਹੈ ਔਰ ਇਸ ਕਰਫਿਊ ਦਰਮਿਆਨ ਹੀ ਜਿਹੜਾ ਲੋਕਾਂ ਵੱਲੋਂ ਸਾਥ ਵੀ ਆਉ ਦਿੱਤਾ ਜਾ ਰਿਹਾ ਬਿਲਕੁਲ ਲੇਕਿਨ ਹੁਣ ਜੇਕਰ ਪੰਜਾਬ ਦੇ ਪਿੰਡਾਂ ਦੀ ਗੱਲ ਕੀਤੀ ਜਾਵੇ ਤਾਂ ਸੂਬੇ ਭਰ ਦੇ ਪਿੰਡਾਂ ਦੇ ਜਿਹੜੇ ਨੌਜਵਾਨ ਹੈਗੇ ਉਹਨਾਂ ਵੱਲੋਂ ਵੀ ਆਪਣਾ ਫਰਜ਼ ਸਮਝਦੇ ਹੋਏ ਵੱਖ-ਵੱਖ ਜੜੀਆਂ ਸੁਸਾਇਟੀਆਂ ਜਾਂ ਵਲੰਟੀਅਰ ਜਿਹੜੇ ਹੈਗੇ ਆ ਉਹ ਸਰਕਾਰ ਦੇ ਮੋਢੇ ਦੇ ਨਾਲ ਮੋਢਾ ਜੋੜ ਕੇ ਆਪਣੀ ਡਿਊਟੀ ਦੇ ਉੱਤੇ ਆਣ ਖੜੇ ਹੋਏ ਨੇ ਸੋ ਇਸ ਸਮੇ ਅਸੀਂ ਅਮਰਸਰ ਦਿਹਾਤੀ ਅਦੀਨ ਪੈਂਦੇ ਪਿੰਡ ਬਾਬਾ ਸ਼ਾਵਨ ਸਿੰਘ ਨਗਰ ਦੇ ਵਿੱਚ ਮੌਜੂਦ ਆ ਜਿੱਥੇ ਤਸਵੀਰਾਂ ਤੁਹਾਨੂੰ ਕੈਮਰਾਮੈਨ ਦਿਖਾਉਣਗੇ ਕਿ ਇਹ ਪਿੰਡ ਦੇ ਜਿਹੜੇ ਨੌਜਵਾਨ ਹੈਗੇ ਇਹਨਾਂ ਵੱਲੋਂ ਪ੍ਰਸ਼ਾਸਨ ਦੀ ਸਹਾਇਤਾ ਦੇ ਨਾਲ ਇਥੋਂ ਦੀ ਸਥਾਨਕ ਥਾਣਾ ਬਿਆਸ ਦੀ ਪੁਲਿਸ ਦੀ ਸਹਾਇਤਾ ਦੇ ਨਾਲ ਉਹਨਾਂ ਵੱਲੋਂ ਅਪਰੂਵਲ ਲੈ ਕੇ ਬਕਾਇਦਾ ਤੌਰ ਦੇ ਉੱਤੇ ਸੇਵਾਦਾਰ ਜਿਹੜੇ ਹੈਗੇ ਆ ਉਹ ਚੁਣੇ ਗਏ ਨੇ ਔਰ ਪਿੰਡ ਨੂੰ ਇਹ ਇਹ ਜਿਹੜਾ ਰਸਤਾ ਤੁਹਾਨੂੰ ਦੱਸ ਦਈਏ ਕਿ ਇਹ ਕਰੀਬ ਤਿੰਨ ਤੋਂ ਚਾਰ ਪਿੰਡਾਂ ਨੂੰ ਜੋੜਦਾ ਇਹ ਰਸਤਾ ਹੈ ਜੋ ਕਿ ਅ ਤਿੰਨ ਤੋਂ ਚਾਰ ਪਿੰਡਾਂ ਨੂੰ ਜੋੜਦਾ ਹੈ ਔਰ ਵੱਖ-ਵੱਖ ਰਸਤੇ ਜਿਹੜੇ ਹੈਗੇ ਆ ਉਹ ਇਸ ਦੇ ਇਸ ਸਮੇਂ ਸੀਲ ਨੇ ਇਸ ਸਮੇਂ ਸਾਡੇ ਨਾਲ ਇਸ ਪਿੰਡ ਦੇ ਜਿਹੜੇ ਸਰਪੰਚ ਨੇ ਬਾਬਾ 사ਵਨ ਸਿੰਘ ਨਗਰ ਦੇ ਉਹ ਸਾਡੇ ਨਾਲ ਮੌਜੂਦ ਨੇ ਹਰਪ੍ਰੀਤ ਸਿੰਘ ਉਹਨਾਂ ਨਾਲ ਗੱਲਬਾਤ ਕਰਕੇ ਜਾਨਣਾ ਚਾਹਾਂਗੇ ਕਿ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਵਾ ਇੱਥੇ ਮਾਹੌਲ ਹੈਗਾ ਵਾ ਔਰ ਸੀਲ ਕਰਨ ਦਾ ਜਿਹੜਾ ਕਾਰਨ ਹੈਗਾ ਉਹ ਕੀ ਹੈਗਾ ਉਹਦੇ ਪਿੱਛੇ ਮਕਸਦ ਸਤਿ ਸ੍ਰੀ ਅਕਾਲ ਜੀ ਕੀ ਹਾਲ ਸਤਿ ਸ੍ਰੀ ਅਕਾਲ ਹਰਪ੍ਰੀਤ ਸਿੰਘ ਜੀ ਸਪੰਸਾਬ ਕਿਸ ਤਰ੍ਹਾਂ ਦੇ ਪ੍ਰਬੰਧ ਹੈਗੇ ਔਰ ਸੀਲ ਕਰਨ ਦਾ ਕੀ ਕਰਨ ਹੈ ਜੀ ਸੀਲ ਕਰਨ ਦਾ ਜੀ ਕਰੋਨਾ ਦੇ ਵਾਇਰਸ ਨੂੰ ਚਲਦੇ ਹੋਇਆ ਪਿੰਡ ਨੂੰ ਲੋਕਡਾਊਨ ਕੀਤਾ ਗਿਆ ਹੈ ਇਹ ਪੂਰੇ 7 ਦਿਨ ਤੋਂ ਪਿੰਡ ਲੋਕਡਾਊਨ ਹੈ ਬਾਬਾ 사ਵਨ ਸਿੰਘ ਨਗਰ ਔਰ ਪੁਲਿਸ ਪ੍ਰਸ਼ਾਸਨ ਸਾਡਾ ਬਹੁਤ ਸਾਥ ਦੇ ਰਿਹਾ ਹੈ ਅਤੇ ਜੋ ਆਵਾਰਾ ਲੜਕੇ ਤਰੇ ਫਿਰਦੇ ਸੀ ਉਹਨਾਂ ਦੇ ਵੀ ਕੰਟਰੋਲ ਕੀਤਾ ਗਿਆ ਹੈ ਅਤੇ ਜੋ ਮੋਟਰਸਾਈਕਲਾਂ ਤੇ ਨਸ਼ੇ ਵਾਲੇ ਘੁੰਮਦੇ ਸੀ ਉਹਨਾਂ ਤੇ ਵੀ ਬਹੁਤ ਇਸ ਵਜੇ ਕੰਟਰੋਲ ਹੈ ਜੇਕਰ ਗੱਲ ਕੀਤੀ ਜਾਵੇ ਤਾਂ ਕੇਸ ਕੇਸ ਨੂੰ ਰਹਿ ਤੈਸ ਰਸਤੇ ਤੋਂ ਲੰਘਣ ਦੀ ਕਿਉਂਕਿ ਜਿਸ ਤਰ੍ਹਾਂ ਤੁਹਾਡੇ ਨੌਜਵਾਨ ਖੜੇ ਨੇ ਇੱਥੇ ਜਾਂ ਜਿਹੜਾ ਵੀ ਕੋਈ ਆਉਂਦਾ ਜਾਂਦਾ ਹੈਗਾ ਵਾ ਉਹ ਕਿਵੇਂ ਉਹਨਾਂ ਦਾ ਲੰਘਾ ਜਿਹੜਾ ਹੈਗਾ ਉਹ ਕਿਸ ਤੇ ਕਿਸ ਵਿਹਾਰ ਦੇ ਉੱਤੇ ਉਹਨਾਂ ਨੂੰ ਦਿੱਤਾ ਜਾਂਦਾ ਪਿੰਡ ਦੇ ਅੰਦਰ ਜਾਣ ਇਹ ਇਸ ਤੇ ਜਿਹੜੇ ਪਿੰਡ ਵਾਸੀ ਆ ਉਹਨਾਂ ਨੂੰ ਹੀ ਨੰਗਣ ਦਿੱਤਾ ਜਾਂਦਾ ਜਿੱਦਾਂ ਕੋਈ ਦਵਾਈ ਵਗੈਰਾ ਲੈਣ ਜਾਣੀ ਹੋਵੇ ਫੇਰੀ ਇਹਨਾਂ ਨੂੰ ਬਾਹਰ ਜਾਣ ਦਿੱਤਾ ਜਾਂਦਾ ਹੈ ਨਹੀਂ ਤੇ ਪਿੰਡ ਵਾਸੀਆਂ ਨੂੰ ਵੀ ਬਾਹਰ ਨਹੀਂ ਜਾਣ ਦਿੱਤਾ ਜਾਂਦਾ ਕਿਸ ਤਰ੍ਹਾਂ ਦਾ ਸਹਿਯੋਗ ਜਿਹੜਾ ਹੈਗਾ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਮਿਲਿਆ ਔਰ ਕਿੰਨੇ ਨੌਜਵਾਨ ਜਿਹੜੇ ਹੈਗੇ ਆ ਕਿਵੇਂ ਇੱਥੇ ਜਿਹੜਾ ਪਹਿਰਾ ਜਿੱਦਾਂ ਆਪਾਂ ਕਹਿੰਦੇ ਠਿਕਰੀ ਦਿੱਤਾ ਜਾ ਰਿਹਾ ਹੈ ਇਹ ਪੁਲਿਸ ਪ੍ਰਸ਼ਾਸਨ ਨਾਲੋਂ ਸਾਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ ਸਾਡੇ ਐਸ ਐਚਓ ਸਾਹਿਬ ਕਿਰਨਦੀਪ ਸਾਹਿਬ ਉਹਨਾਂ ਨਾਲੋਂ ਪੂਰਾ ਸਾਡਾ ਸਾਥ ਦਿੱਤਾ ਦਿਨ ਰਾਤ ਸਾਥ ਦਿੱਤਾ ਜਾ ਰਿਹਾ ਹੈ ਤੇ ਪਿੰਡ ਦੇ ਨੌਜਵਾਨ ਜਿਹੜੇ ਆ ਜਿੰਨੇ ਵੀ ਹੈਗੇ ਉਹ ਸਾਰਾ ਸਾਡਾ ਸਾਥ ਦੇ ਰਹੇ ਹਨ ਸੋ ਹੋਰ ਵੀ ਇੱਥੋਂ ਦੇ ਪਿੰਡ ਦੇ ਵਿਅਕਤੀ ਨੇ ਸਾਡੇ ਨਾਲ ਗੱਲਬਾਤ ਕਰਨੀ ਚਾਹਵੇਂ ਕੀ ਨਾ ਜੀ ਗੁਰਦੇਵ ਸਿੰਘ ਜੀ ਗੁਰਦੇਵ ਸਿੰਘ ਜੀ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਬਹੁਤ ਵਧੀਆ ਜੀ ਅਸੀਂ ਲੋਕਡਾਊਨ ਕੀਤਾ ਵਾ ਅਸੀਂ ਬਾਹਰ ਦਾ ਬੰਦਾ ਅੰਦਰ ਨਹੀਂ ਜਾਣ ਦਿੰਦੇ ਤੇ ਬਾਹਰੋਂ ਅੰਦਰ ਦਾ ਬੰਦਾ ਬਾਹਰ ਛੇਤੀ ਜਾਣ ਨਹੀਂ ਦਿੰਦੇ ਕੋਈ ਲੋਡਬੰਦ ਚੀਜ਼ ਆ ਤਾਂ ਉਹਨੂੰ ਭੇਜੀਦਾ ਦੂਜੇ ਨੂੰ ਨਹੀਂ ਸੀ ਭੇਜਦੇ ਸਰਕਾਰ ਦੇ ਫੈਸਲੇ ਨੂੰ ਕਿਸ ਤਰ੍ਹਾਂ ਨਾਲ ਦੇਖਦੇ ਹੋ ਸਰਕਾਰ ਨੇ ਐਲਾਨ ਕੀਤਾ ਸੀਗਾ ਲਾਕਡਾਊਨ ਦਾ ਔਰ ਉਸ ਤੋਂ ਬਾਅਦ ਕਾਫੀ ਹੱਦ ਤੱਕ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਕਈ ਜਗ੍ਹਾ ਦੇ ਉੱਤੋਂ ਸਾਹਮਣੇ ਆਏ ਸੀਗਾ ਕਿ ਲੋਕ ਪ੍ਰਸ਼ਾਸਨ ਦੇ ਹੁਕਮਾਂ ਦੀਆਂ ਤਾਂ ਜੀਆਂ ਡਾਉਂਦੇ ਹੋਏ ਘਰਾਂ ਤੋਂ ਬਾਹਰ ਨਹੀਂ ਕਰੇ ਸੀ ਲੇਕਿਨ ਇੱਥੇ ਕਿੰਨੇ ਕੁ ਲੋਕ ਹੈਗੇ ਜਿਹੜੇ ਟੱਕਰ ਦੇ ਹੈਗੇ ਜਾਂ ਬਿਨਾਂ ਕਿਸੇ ਕਾਰਨ ਤੋਂ ਬਾਹਰ ਆ ਰਹੇ ਨਹੀਂ ਜੀ ਸਭ ਜੀ ਜਦੋਂ ਦਾ ਜੀਆਂ ਸੀ ਆ ਸੀਲ ਕੀਤਾ ਵਾ ਉਦ ਹਾਂ ਲੋਕ ਆਪਣੇ ਘਰਾਂ ਚ ਹੀ ਆ ਕਿਸ ਤਰ੍ਹਾਂ ਦਾ ਫੈਸਲਾ ਹੈ ਸਰਕਾਰ ਦਾ ਬਹੁਤ ਵਧੀਆ ਫੈਸਲਾ ਜੀ ਬਹੁਤ ਸੋਹਣਾ ਫੈਸਲਾ ਬਾਕੀ ਸਾਡੇ ਮੁਲਾਜ਼ਮ ਸਾਬ ਸਾਡੇ ਨਾਲ ਪੂਰਾ ਸਾਥ ਦੇ ਰਹੇ ਆ ਹੋਰ ਕੀ ਕੀ ਜਿਹੜਾ ਹੈਗਾ ਵਾ ਤੁਸੀਂ ਪਿੰਡ ਵਾਸਤੇ ਜਿਹੜਾ ਹੈਗਾ ਕਰ ਰਹੇ ਹੋ ਜੋ ਲੋਕਾਂ ਨੂੰ ਜਾਗਰੂਕਤਾ ਦੀ ਵੀ ਲੋੜ ਹੈ ਇਸ ਸਮੇ ਉਹ ਕੀ ਪ੍ਰਬੰਧ ਲਗੇ ਹੋ ਪ੍ਰਬੰਧ ਸੋਹਣੇ ਜੀ ਬਾਕੀ ਜੀ ਜੋ ਪ੍ਰਸ਼ਾਦਾ ਸਾਾਨੂੰ ਮਿਲਦਾ ਹੈ ਘਰੋਂ ਘਦੀ ਬਚਾਉਂਦੇ ਆ ਬਾਹਰ ਨਿਕਲਣ ਦੀ ਕੋਸ਼ਿਸ਼ ਹੀ ਨਾ ਕਰੋ ਆਪਣੇ ਘਰਾਂ ਚ ਰਹੋ ਹਸਪਤਾਲ ਲਈ ਕੀ ਕਰ ਰਹੇ ਹੋ ਬਹੁਤ ਵਧੀਆ ਜੀ ਉਹ ਸਾਥ ਦੇ ਰਹੇ ਸੀ ਸਾਡਾ ਵੀ ਉਹ ਸਾਥ ਦੇਣ ਪਿੰਡ ਵਾਲੇ ਤੁਸੀਂ ਇਸ ਸਮੇਂ थाना ਬਿਆਸ ਨਾਲ ਸੰਬੰਧਿਤ ਪੁਲਿਸ ਅਧਿਕਾਰੀ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਕੇ ਜਾਨਣਾ ਚਾਹਾਂਗੇ ਕਿ ਕਿਸ ਤਰ੍ਹਾਂ ਦੇ ਜਿਹੜੇ ਹੈਗੇ ਆ ਕਿ ਜਿਹੜੇ ਸਬਡਿਵੀਜ਼ਨ ਬੱਬਕ ਵਾਲਾ ਸਾਹਿਬ ਨਾਲ ਸੰਬੰਧਿਤ ਪਿੰਡ ਹੈਗੇ ਜੋ थाना ਬਿਆਸ ਇੱਕ ਵੱਡਾ ਥਾਣਾ ਮੰਨਿਆ ਜਾਂਦਾ ਕਿਉਂਕਿ 60 70 ਦੇ ਕਰੀਬ ਜਿਹੜੇ ਪਿੰਡ ਹੈਗੇ ਆ ਉਹ थाना ਬਿਆਸ ਦੇ ਅਧੀਨ ਪੈਂਦੇ ਨੇ ਔਰ ਕਿਸ ਤਰ੍ਹਾਂ ਦੇ ਪ੍ਰਬੰਧ ਜਿਹੜੇ ਹੈਗੇ ਪੁਲਿਸ ਪ੍ਰਸ਼ਾਸਨ ਵੱਲੋਂ ਨੇ ਇੱਥੇ ਔਰ ਕਿਸ ਤਰ੍ਹਾਂ ਦਾ ਸਹਿਯੋਗ ਜਿਹੜਾ ਹੈਗਾ ਵਾ ਉਹ ਅਲੱਗ-ਅਲੱਗ ਪਿੰਡ ਦੇ ਵਾਸੀਆਂ ਵੱਲੋਂ ਇੱਥੇ ਮਿਲ ਰਿਹਾ ਵਾ ਉਹ ਜ਼ਰੂਰ ਜਾਨਣਾ ਚਾਹਾਂ ਸਰ ਕਿਸ ਤਰ੍ਹਾਂ ਦੇ ਪ੍ਰਬੰਧ ਹੈਗੇ ਇੱਥੇ ਜਿਹੜੇ ਪਿੰਡਾਂ ਦੇ ਮਤਲਬ ਪਿੰਡਾਂ 'ਚ ਬਹੁਤ ਵਧੀਆ ਪ੍ਰਬੰਧ ਜਿਹੜਾ ਟੋਟਲ ਪਿੰਡਾਂ ਨੂੰ ਨਾ ਉਹ ਸੀਲ ਕੀਤਾ ਗਿਆ ਲਾਕਡਾਊਨ ਕੀਤਾ ਗਿਆ ਪ੍ਰਸ਼ਾਸਨ ਵੱਲੋਂ ਜਿਹੜੇ ਮਤਲਬ ਹੁਕਮ ਆ ਰਹੇ ਆ ਉਹਦੇ ਮੁਤਾਬਕ ਪਿੰਡ ਦੀਆਂ ਪੰਚਾਇਤਾਂ ਬਹੁਤ ਸਹਿਯੋਗ ਦੇ ਰਹੀਆਂ ਜਿਦਾਂ ਬਾਬਾ ਸ਼ਾਮ ਸਿੰਘ ਨਗਰ ਦੇ ਸਰਪੰਚ ਨੇ ਇਹਨਾਂ ਨੇ ਆਪਣੇ ਵਲੰਟੀਅਰ ਤਿਆਰ ਕਰਕੇ ਜਿਹੜੇ ਉਹ ਲਾਏ ਆ ਜਿਹੜਾ ਆਪਣਾ ਇਲਾਕਾ ਸੀਲ ਕੀਤਾ ਵਾ ਬਾਹਰ ਤੋਂ ਕੋਈ ਬੰਦਾ ਆਉਂਦਾ ਉਹਦੀ ਪੁਸ਼ਕਿਸ਼ ਕਰਦੇ ਆ ਔਰ ਜਾਣ ਵਾਲੇ ਦੀ ਪੁਸ਼ਕਿਸ਼ ਕਰਦੇ ਆ ਜ਼ਰੂਰੀ ਜਿਨ੍ਹਾਂ ਨੂੰ ਕੋਈ ਅਮਰਜੈਂਸੀ ਜ਼ਰੂਰੀ ਆ ਜੋ ਪ੍ਰੈਗਨਸੀ ਕੇਸ ਆ ਜਾਂ ਮਤਲਬ ਕੋ ਡਿਲੀਵਰੀ ਕੇਸ ਆ ਕੋਈ ਮਤਲਬ ਅਮਰਜੈਂਸੀ ਹੈ ਕਿਸ ਨੂੰ ਉਹ ਇਹਨਾਂ ਨੂੰ ਜਾਣ ਦਿੰਦੇ ਆ ਬਾਕੀ ਦਰਵਾਜ਼ੇ ਇਹਨਾਂ ਨੇ ਬੰਦ ਕੀਤਾ ਜੋ ਬਹੁਤ ਵਧੀਆ ਗੱਲ ਆ ਆਪਾਂ ਇਸ ਚੇਰ ਨੂੰ ਤੋੜਨ ਲਈ ਕਾਮਯਾਬ ਹੋਵਾਂਗੇ ਇੱਕ ਵਧੀਆ ਪ੍ਰਾਲਾਵਾ ਇਹ ਪਿੰਡ ਵਾਸੀਆਂ ਨੂੰ ਪੰਚਾਇਤਾਂ ਦਾ ਬੜਾ ਵਧੀਆ ਪ੍ਰਾਲਾ ਜਿਹੜੇ ਟੋਟਲ ਪਿੰਡ ਦੇ ਹੈਗੇ ਆ ਪੁਲਿਸ ਸਟੇਸ਼ਨ ਬਿਆਸ ਦੇ ਤਕਰੀਬਨ ਸਾਰੇ ਸੀਲ ਹੋਏ ਨੇ ਜਿਹੜੇ ਜਿਹੜੇ ਮੁੱਖ ਪਿੰਡ ਜਿੱਦਾਂ ਇਹ ਰਸਤੇ ਦੇ ਕਰੀਬ ਤਿੰਨ ਚਾਰ ਜਗ੍ਹਾ ਤੋਂ ਇਹਨਾਂ ਪਿੰਡਾਂ ਨੂੰ ਰਸਤਾ ਪੈਂਦਾ ਉਹ ਤਕਰੀਬਨ ਸੀਲ ਨੇ ਹਾਂਜੀ ਇਹ ਤਕਰੀਬਨ ਇਸ ਰਸਤਾ ਜਿਹੜਾ ਹੈਗਾ ਬਾਬਾ ਸ਼ਾਮ ਸਿੰਘ ਨਗਰ ਔਰ ਦੋਲੋਂ ਨੰਗਲ ਵੀ ਸੀਲਡ ਹੈ ਇਧਰੋਂ ਵਜੀਰਪੁਰ ਬੜਾਇਚ ਪਿੰਡ ਚੀਮਾ ਬਾਠ ਇਹ ਮੇਨ ਮੇਨ ਪਿੰਡ ਸਾਰੇ ਸੀਲਡ ਨੇ ਸਹਿਯੋਗ ਦੀ ਗੱਲ ਕਰੀ ਜਿੱਦਾਂ ਪਹਿਲਾਂ ਦਿੱਕਤ ਆਈ ਸੀ ਕਿਉਂਕਿ ਕਾਫੀ ਹੱਦ ਤੱਕ ਕਿਉਂਕਿ ਸਟ੍ਰਿਕਟ ਫੈਸਲਾ ਇੱਕ ਖਾ ਜਿਹੜਾ ਠੋਸ ਫੈਸਲਾ ਸੀਗਾ ਕਰਫਿਊ ਦਾ ਸਰਕਾਰ ਨੂੰ ਮਜਬੂਰੀ ਚ ਲਾਣਾ ਪਿਆ ਕਿਉਂਕਿ ਜਨਤਾ ਕਰਫਿਊ ਦੇ ਬਾਅਦ ਇੱਕਦਮ ਲੋਕਾਂ ਨੇ ਜਿਹੜਾ ਹੈਗਾ ਵਾ ਉਹ ਜਿਹੜੀ ਇੱਕ ਵਧੀਆ ਜਿਹਾ ਇੱਕ ਪਰਾਲਾ ਦਿਖਾਇਆ ਸੀਗਾ ਕਿ ਬਿਲਕੁਲ ਨਾਲ ਨਹੀਂ ਸਰਕਾਰ ਦੇ ਉਸ ਤੋਂ ਬਾਅਦ ਚ ਫਿਰ ਉਲੰਘਣਾ ਹੋਈ ਤੇ ਸਰਕਾਰ ਇਸ ਫੈਸਲੇ ਦੇ ਉੱਤੇ ਹੀ ਹੁਣ ਕਿਸ ਤਰ੍ਹਾਂ ਦਾ ਪ੍ਰੋਗਰਾਮ ਨਹੀਂ ਹੁਣ ਦੋ ਤਿੰਨ ਦਿਨ ਤੋਂ ਬਹੁਤ ਵਧੀਆ ਚੱਲ ਰਿਹਾ ਬਿਲਕੁਲ ਲੋਕਾਂ ਨੂੰ ਪਤਾ ਲੱਗਿਆ ਕਿ ਨਹੀਂ ਜੇ ਅਸੀਂ ਮਤਲਬ ਗਲਤੀ ਕਰਾਂਗੇ ਤੇ ਜ਼ਿੰਮੇਵਾਰੀ ਇਸ ਕਰਕੇ ਲੋਕ ਇਸ ਚੀਜ਼ ਨੂੰ ਸਮਝਦੇ ਹੋયા ਬਹੁਤ ਵਧੀਆ ਹੁਣ ਸਮਝ ਗਏ ਸਮਝ ਇਸ ਚੀਜ਼ ਨੂੰ ਸਮਝ ਪਾ ਰਹੇ ਨੇ ਵੀ ਠੀਕ ਆਪਾਂ ਜਿੰਨੇ ਰੁਕੇ ਰਵਾਂਗੇ ਤੇ ਚੰਗੇ ਰਵਾਂਗੇ ਔਰ ਇਸ ਚੀਜ਼ ਨੂੰ ਮੰਨ ਲਓ ਫੈਲਣ ਤੋਂ ਜਿਹੜਾ ਰੋਕ ਸਕਾਂਗੇ ਤੇ ਇੱਕ ਵਧੀਆ ਪ੍ਰਾਲਾਪ ਹੋਣਾ ਚਾਹੀਦਾ ਜੀ ਸੋ ਗੱਲਬਾਤ ਹੈਗੀ ਆ ਇਹ ਪਿੰਡ ਇਸ ਤੋਂ ਇਲਾਵਾ ਹੋਰ ਨਾ ਪਿੰਡਾਂ ਦੀ ਵੀ ਤਸਵੀਰ ਜਿਹੜੀ ਹੈਗੀ ਆ ਡੇਲੀ ਪੋਸਟ ਪੰਜਾਬੀ ਵੱਲੋਂ ਤੁਹਾਨੂੰ ਦਿਖਾਈ ਗਈ ਔਰ ਵੱਖ-ਵੱਖ ਰਸਤੇ ਜਿਹੜੇ ਹੈਗੇ ਆ ਸਬ ਡਿਵੀਜ਼ਨ ਬਾਬਕਾਲਾ ਨਾਲ ਸੰਬੰਧ ਜਾਂ ਫਿਰ ਇੱਥੋਂ ਦੇ ਜਿਹੜੇ ਨਜ਼ਦੀਕੀ ਪਿੰਡ ਹੈਗੇ ਆ ਉੱਥੇ ਸਾਰੇ ਜਗ੍ਹਾ ਲੋਕ ਜਿਹੜੇ ਨੇ ਉਹ ਬਿਲਕੁਲ ਜਾਗਰੂਕ ਹੋਏ ਨੇ ਔਰ ਲੋਕ ਇਸ ਲੜਾਈ ਦੇ ਵਿੱਚ ਆਪ ਖੁਦ ਪਏ ਨੇ ਔਰ ਸਰਕਾਰ ਦੇ ਨਾਲ ਮੋਢੇ ਦੇ ਨਾਲ ਮੋਢਾ ਖੜਕੇ ਆਪਣਾ ਜਿਹੜਾ ਸਹਿਯੋਗ ਹੈਗਾ ਉਹ ਜ਼ਰੂਰ ਦਿੰਦੇ ਨਜ਼ਰ ਆ ਰਹੇ ਨੇ ਸੋ ਆਸ ਤੇ ਉਮੀਦ ਵੀ ਇਹੀ ਕਰਾਂਗੇ ਕਿਉਂਕਿ ਜੋ ਵੀ ਜੇਕਰ ਕੋਈ ਪੁਲਿਸ ਨੂੰ ਵੇਖ ਕੇ ਅੰਦਰ ਵੜਦਾ ਤਾਂ ਉਹ ਧੋਖਾ ਆਪਣੇ ਆਪ ਨੂੰ ਦੇ ਰਿਆ ਹੈ ਨਾ ਕਿ ਪੁਲਿਸ ਨੂੰ ਸੋ ਚਾਹੀਦਾ ਹੈਗਾ ਕਿ ਇਸ चेन ਨੂੰ ਤੋੜਨ ਦੇ ਲਈ ਕਰੋਨਾ ਤੋਂ ਬਚਾ ਦੇ ਲਈ ਆਪਣੇ ਘਰਾਂ ਦੇ ਵਿੱਚ ਹੀ ਰਹਿ ਜਾਵੇ ਬਿਲਕੁਲ অতি ਜ਼ਰੂਰੀ ਹੈਗਾ ਬਾਤ ਤੇ ਜ਼ਰੂਰ ਬਾਹਰ ਆ ਕੇ ਤੁਸੀਂ ਆਪਣੀ ਸਮੱਸਿਆ ਦੱਸ ਕੇ ਬਿਲਕੁਲ ਆਪਣੀ ਲੜਿੰਦੀ ਜਗ੍ਹਾ ਜਾਂ ਫਿਰ ਕੋਈ ਮੈਡੀਸਨ ਵਗੈਰਾ ਦੀ ਕੋਈ ਪ੍ਰੋਬਲਮ ਹੈਗੀ ਆ ਤਾਂ ਉਸ ਵਾਸਤੇ ਜਾ ਸਕਦੇ ਹੋ ਸੋ ਕੈਮਰਾਮੈਨ ਨਰਿੰਦਰ ਸਿੰਘ ਦੇ ਨਾਲ ਗੁਰਦਰਸ਼ਨ ਸਿੰਘ ਪ੍ਰਿੰਸ ਡੇਲੀ ਪੋਸਟ ਪੰਜਾਬੀ ਬਿਆਸ